ਦੋਸਤੋ, ਇਹ ਕੁਝ ਮੇਨ ਰਿਕਾਰਡ ਨੇ ਜਿਹੜੇ ਸਿੱਧੂ ਮੂਸੇਵਾਲੇ ਨੇ ਬਣਾਏ, ਮੋਸਟ ਸਟ੍ਰੀਮ ਇੰਡੀਅਨ ਐਲਬਮ ਇਨ ਹਿਸਟਰੀ। ਜੀ ਹਾਂ ਦੋਸਤੋ, 15 ਮਈ ਨੂੰ ਤੁਹਾਨੂੰ ਪਤਾ ਆ ਰਿਲੀਜ਼ ਹੋਈ ਸੀ 2021 'ਚ ਮੂਸ ਟੇਪ, ਅਤੇ 2023 ਮੋਸਟ ਸਟ੍ਰੀਮ ਪੰਜਾਬੀ ਆਰਟਿਸਟ, ਅਤੇ 2023 ਦੇ ਵਿੱਚ ਹੀ ਫਾਸਟੈਸਟ ਮਿਊਜ਼ਿਕ ਵੀਡੀਓ ਇਨ ਇੰਡੀਆ ਟੂ ਕਰੋਸ 1 ਮਿਲੀਅਨ ਵਿਊਜ਼ ਇਨ 10 ਮਿੰਟਸ। ਜੀ ਹਾਂ ਦੋਸਤੋ, ਅਤੇ ਦੋਸਤੋ ਫਸਟ ਇੰਡੀਅਨ ਆਰਟਿਸਟ ਟੂ ਡੂ ਦਿਸ, ਇਹ 20 ਮਿਲੀਅਨ ਸਬਸਕ੍ਰਾਈਬਰ ਯੂਟਿਊਬ ਦੇ ਉੱਤੇ। ਬਾਕੀ ਇਹ ਰਿਕਾਰਡ ਤਾਂ ਦੋਸਤੋ 1% ਅਚੀਵਮੈਂਟ ਵੀ ਨਹੀਂ ਸਿੱਧੂ ਮੂਸੇਵਾਲੇ ਦੀ, ਹੋਰ 99% ਰਿਕਾਰਡ ਸਿੱਧੂ ਮੂਸੇਵਾਲੇ ਨੇ ਤੋੜੇ ਹੋਏ ਨੇ। ਇਹ ਤਾਂ ਸਿਰਫ ਮੈਂ ਤੁਹਾਨੂੰ ਇਨਫੋਰਮੇਸ਼ਨ ਦੇ ਰਿਹਾ ਸੀ, ਕਿਉਂਕਿ ਇਹ ਪੋਸਟ ਸਾਹਮਣੇ ਆਈ ਸੀ, ਸੋਚਿਆ ਤੁਹਾਡੇ ਤੱਕ ਸ਼ੇਅਰ ਕੀਤੀ ਜਾਵੇ। ਅਤੇ ਦੋਸਤੋ, ਟੋਰੋਂਟੋ ਦਾ ਮੀਡੀਆ ਕੀਪ 6 ਇਜ਼ ਸੋਲਿਡ। ਜੀ ਹਾਂ ਦੋਸਤੋ, ਉਹਨਾਂ ਨੇ ਸਿੱਧੂ ਮੂਸੇਵਾਲੇ ਦੇ ਗਾਣੇ ਨੂੰ ਸ਼ੇਅਰ ਕੀਤਾ ਟਵਿੱਟਰ 'ਤੇ ਵੀ, ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਉੱਤੇ ਵੀ। ਤਾਂ ਬਹੁਤ ਵੱਡੀ ਅਚੀਵਮੈਂਟ ਆ ਦੋਸਤੋ। ਦੇਸਾਂ ਵਿਦੇਸਾਂ ਦੇ ਵਿੱਚ ਸਿੱਧੂ ਦੇ ਚਰਚੇ ਹੁੰਦੇ ਨੇ, ਹੋਲੀਵੁੱਡ ਲੈਵਲ ਦੇ ਜਿਹੜੇ ਪੇਜ ਨੇ ਉਹਨਾਂ ਦੇ ਉੱਤੇ ਸਿੱਧੂ ਦੀਆਂ ਪੋਸਟਾਂ ਪੈਂਦੀਆਂ ਨੇ, ਨਿਊਜ਼ ਚੱਲਦੀਆਂ ਨੇ। ਇਹ ਰੁਤਬਾ ਆ ਮੂਸੇਵਾਲੇ ਜੱਟ ਦਾ। ਵੀਡੀਓ ਨੂੰ ਸ਼ੇਅਰ ਕਰ ਦਿਓ, ਅਤੇ ਦੋਸਤੋ ਡ੍ਰਿੱਪੀ ਗਾਣੇ ਨੂੰ ਜ਼ਿਆਦਾ ਤੋਂ ਜ਼ਿਆਦਾ ਸਟ੍ਰੀਮ ਕਰੋ।